ਤਾਂ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੈਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8420709817। ਅੱਜ ਦੀ ਵੀਡੀਓ ਚੈੱਕ ਦਿਖਾਵਾਂ, ਗਰਲੈਂਡੋ 'ਤੇ ਇੱਕ ਡੱਬੀ ਵੈ ਡਿਟੇਲ ਵੀਰ ਤੋਂ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ, ਨਾਮ ਐਡਰੈਸ ਦੱਸੋ ਜੀ। ਪਹਿਲੇ ਨੰਬਰ 'ਤੇ ਆਪਾਂ ਗਰਲੈਂਡੋ ਦੇਖੀ ਜਾਂਦੇ ਹਾਂ ਜਮਾਂ, ਸੁਪਰ ਸੀਡਰ ਜਿੰਨੀ ਭਾਰੀ ਹੈ ਜਮਾਂ, ਹੈਨਾ। ਤੇ ਬੱਚਾ ਕੀ ਹੈ, ਪਿੱਛੇ ਜਿਹਾ ਕਿ ਬੱਚੀ? ਕਿਆ ਕੁ ਦਿਨ ਹੋ ਗਏ ਸੂਈ ਨੂੰ? ਠੀਕ ਆ, 20 ਦਿਨਾਂ ਤੋਂ ਅੰਦਰ ਦੀ ਸੂਈ ਵੀ, ਹੈਨਾ। ਕਿੰਨਾ ਦੁੱਧ ਆ ਹੁਣ ਚੋਣ ਵਾਲਾ? ਮੰਨ ਕੇ ਚੱਲੀਏ ਵੀ 7 ਲੀਟਰ ਟਾਈਮ ਦੇ, ਚਵਾ ਕੇ ਦੇ ਦਾਂਗੇ ਜਮਾਂ। ਥਣ ਤਾਂ ਚਰਖੇ ਦੀ ਪੂਣੀ ਵਰਗਾ, ਸੋ ਥਣ ਦੇਖੋ ਕਿਆ ਬਾਤ ਆ ਜਮਾਂ, ਚਰਖੇ ਦੀ ਪੂਣੀ ਵਰਗਾ ਜਮਾਂ, ਤੇ ਮੋਟਾ ਮੋਟਾ ਫਿਰ ਚੋਣ ਵੀ ਹੋਊ ਗੜਾਸੇ ਵਰਗਾ, ਚੀਚੀ ਵਰਗਾ ਚੋਣ, ਠੀਕ ਹੈ। ਤੇ ਹੁਣ ਰੁੱਤ ਬਹੁਤ ਭੈੜੀ ਚੱਲਦੀ ਗਰਮੀ ਦੀ, ਬਾਜੂ 2 ਲੀਟਰ ਹੋਰ ਕਿ ਨਹੀਂ? 18 ਮੰਨ ਕੇ ਲੈ ਲੇ, ਜੈ ਗੱਲ ਆਪਣੇ ਤਾਂ ਸਿੱਧੀ ਗੱਲ ਨਹੀਂ ਕਰੀ ਹੁੰਦੀ ਹੈ, ਜੈ ਗੱਲ ਆ ਜੋ। ਤੇ ਭਾਅ ਫਿਰ ਇਹਦਾ ਕੀ ਰਹੂਗਾ? ਮੋਟਾ ਥਾਣ ਜਿਵੇਂ ਦੋ ਜਾਣੇ ਬਹਿ ਕੇ ਚੋਣ ਧੋਰੀ ਬਾਹਰ ਨੂੰ। ਸੋ ਫਿਰ ਕੱਦ ਕਾਠ ਵਗੈਰਾ ਦੇਖੋ ਤੇ ਸਾਫ ਸੁਥਰੀ ਕੱਦ ਬੈਠਾ ਜਿੰਦ ਜਾਣ ਵਾਲੀ ਭਾਰੀ ਭੂਰੀ ਬਹੁਤ ਆ, ਢਿੱਲੇ ਵਾਲੂ ਆ ਵੀ ਚੰਗਾ। 14-15 ਲੀਟਰ ਦੁੱਧ ਹੈ ਇਸ ਵਕਤ, ਜਿਵੇਂ ਕਹਿੰਦੇ ਆਹ ਦੇਖੋ ਧੁੱਪ ਪੜਸਾਵਾਂ, ਮੇਰੇ ਹਿਸਾਬ ਨਾਲ 3-4 ਕੁ ਵੱਜ ਗਏ, ਧੁੱਪ ਹਲੇ ਵੀ ਬਹੁਤ ਆ, ਹਨਾ। ਧੁੱਪੇ ਬਾਹਰ ਨਾ ਗਰਮੀ ਨਹੀਂ ਮੰਨਦੀ, ਜਮੀ ਹੈ ਸਹਿਗ ਦੀ, ਜਮੀ ਨਹੀਂ, ਜਮੀ ਨਹੀਂ ਸਹਿਗ ਦੀ। ਥਾਣ ਲੈ ਬਾ ਦੇ ਕਿੰਨਾ ਸਾਫ ਆ, ਪੂਰਾ ਮੋਟਾ ਥਾਣਾ, ਕੋਈ ਸਾਈਡ ਫੈਡ ਨਹੀਂ, ਹਨਾ। 60,000 ਦੀ, ਚਾਹੇ ਬੱਚਾ ਲਾਵੇ ਨਾ ਲਾਵੇ, ਐਂ ਚਾਹੇ ਧਾਰਾ ਮਾਰ, ਠੀਕ ਹੈ। ਚਾਹੇ ਬੱਚਾ ਤੋ ਵਿਰਾਹ ਦੇਖੋ ਉਦਾਂ ਹੀ ਬਹਿ ਕੇ ਥੱਲੇ ਜਮਾ, ਕਿਆ ਬਾਤ ਆ, ਕੋਈ ਬੱਚਾ ਨਹੀਂ ਲਾਇਆ ਹਲੇ, ਕੁਛ ਨਹੀਂ ਕੀਤਾ, ਠੀਕ ਹੈ। ਧਾਰਾਂ ਹੀ ਮਾਰ ਲੈ, ਮੂਹਰੇ ਥਣਾ ਚ ਹੋਰ ਮਾਰਦੀ ਧਾਰਾ, ਮੂਹਰੇ ਥਣਾ ਚ ਹੋਰ, ਕੋਈ ਨਿਆਣਾ ਨੱਪਾ ਪਾਉਣ ਦੀ ਲੋੜ ਨਹੀਂ, ਹੈ ਬੜੀ ਠੰਡੀ ਆ ਬਾਈ ਯਾਰ, ਜਿਹੜਾ ਕੁਝ ਪਾਲਾ ਬਸ ਆਏ ਨਹੀਂ ਹੈਗਾ, ਕੋਈ ਖਾਂਦੀ ਨਹੀਂ, ਜਿਹੜਾ ਕੁਝ ਮਰਜ਼ੀ ਪਾਈ ਚੱਲਦਾ। ਸੋ ਵੀਰੋ ਕੰਮ ਇਹਨੇ 2 ਕਰਨੇ, ਇੱਕ ਤਾਂ ਫਰਿੱਜ ਵਾਲਾ ਕੰਮ ਕਰਨਾ, ਜਿਹੜੇ ਵੀਰ ਕਹਿੰਦਾ ਵੀ ਜੂਂਟ ਬਾੜੀ ਮਹਿੰਗੀ ਹੋਈ ਪਈ ਆ, ਬਸ ਜਦੋਂ ਮਰਜ਼ੀ ਚੋਲਾ ਬਾਈ, ਜਦੋਂ ਜੀ ਕਹਦਾ ਚੋਲੋ, ਉਹਦੀ ਚੋਲੋ। ਸੋ ਇਹ ਨਹੀਂਗਾ ਬਾਪ ਵੀ 1,000 ਲਿਆ, 60,000 ਦਾ ਹੁੰਦਾ ਵੀ ਕੀ ਆ, ਕੁਛ ਵੀ ਨਹੀਂ ਆਉਂਦਾ, 60,000 ਦਾ ਮੋਟਰਸਾਈਕਲ ਚੱਲਦਾ ਮਿਲਦਾ, ਹਾਂ। ਬਾਕੀ ਥਾਂ ਲੈ ਵੀ ਦੇਖ ਨਹੀਂ ਸਾਫ ਆ, ਬਾਕੀ ਦੇਖ ਲੈ, ਠੀਕ ਹੈ। ਤੇ ਠੰਡੀ ਸੀਲ ਬਰਫੀ ਹੈ, ਨਵਾਂ ਖਾਣਾ ਬਾਈ ਯਾਰ। ਤੇ ਅੱਗੇ ਨਾਲ ਖੜੀ ਇਹਦੀ ਭੈਣ ਜਿਹੜੀ, ਅੱਗੇ ਦੇਖ ਥਣ ਕਿਹੋ ਜਿਹਾ ਕੱਢ ਕੇ ਦੇਖ, ਠੀਕ ਹੈ। ਤੇ ਜਿਹੜੀ ਨਾਲ ਵਿਆਹ ਖੜੀ ਆ, ਇਹ ਪਹਿਲਾ ਸੂਆ ਬਾਈ, ਦੰਦਾਂ ਦੀ ਦੋਂਦੀ ਆ ਇਹ, ਕਿੰਨਾ ਟਾਈਮ ਸੂਈ ਵੀ ਹੈ ਇਹਨੂੰ? ਸੂਈ ਨੂੰ ਹੋ ਗਿਆ ਕਿ 6-7 ਦਿਨ ਹੋ ਗਏ ਸੂਈ, ਆ ਬੱਚਾ ਇਹਦਾ, ਆ ਬੱਸਾ ਇਹਦਾ, ਹਾਂ। ਦੁੱਧ ਕਿੰਨਾ ਹੁਣ? ਦੁੱਧ ਹੁਣ ਬਾਈ ਜਿਹੜਾ ਚੋਣ ਚੋਣਾ 15 ਕਿਲੋ ਆ, ਪਾ ਇਹਦਾ ਪਹਿਲਾਂ ਵਸੇ ਦੁੱਧ 20 ਤੋਂ ਬਾਹਰ ਦੇਊਗੀ, ਪਾ ਪਾ ਇਹਦਾ ਵੀ ਮੁੱਲ 60 ਦੀ ਵਸੀ ਇਹ ਦੇ ਦਾਂਗੇ, ਧੋਰ ਦੀ ਬਾਹਰ ਨੂੰ। ਸੋ ਫਿਰ ਮੂੰਹ ਮੱਥਾ ਦੇਖੋ, ਫੇਸ ਕੁਆਲਿਟੀ ਵਗੈਰਾ ਜਿੰਦ ਜਾਨ ਰਾਜੀ ਸਮੀ ਬੜੀ ਵੀ 14-15 ਤੋਂ ਬਾਅਦ ਹੈਗਾ ਬਾਈ, 15 ਕਿਲੋ ਦੁੱਧ ਤਿਆਰ ਆ ਹੁਣ, ਪਾ 60 62 ਮੁੱਲ 60 ਦੀ ਵਸੀ ਦੇ ਦਾਂਗੇ, ਪਹਿਲਾਂ ਵਸੀਆ ਦੰਦਾਂ ਹੀ ਦੋਂਦੀਆਂ, ਨਵਾਂ ਹਾਣਾ ਦੋਂਦੀ ਹੈ ਜਮਾਂ, ਨਵਾਂ ਹਾਣ ਬਾਈ, ਉਸ ਨਾਲ ਵਸੀਆਂ ਵੀ ਕੀ ਜਾਂਦੀਆਂ ਨੇ, ਦੇਖ ਜੀਆਂ ਜਮਾਂ, ਹਾਣਾ ਬਾਕੀ ਨਵਾਂ ਹਾਣਾ ਹੈਗਾ ਵੀ ਬੰਦੇ ਦੀ ਸੇਵਾ ਵਾਲੀ ਘੱਟ ਸੀ ਜਿੱਥੋਂ ਲਈ ਆਪਾਂ ਇਹ, ਠੀਕ ਹੈ। ਸੂਈ ਸਵਾਈ ਲੈ ਕੇ ਆਏ ਆ, ਸੋ ਜੇ ਅਜੂਰ ਪੈ ਗਈ ਵਧੀਆ, ਥਣ ਲੈਵੇ ਦੀ ਬੜੀ ਸੁੱਚੀ ਆ, ਦੇਖ ਧਾਰਾ ਧੁਰਾ ਓਕੇ, ਹਾਂ ਧਾਰਾ ਓਕੇ, ਤਾਂ ਧਾਰਾ ਮਾਰ ਕੇ ਦਿਖਾ ਦੇਣਾ ਲੇਵਾ ਦੇ ਕਿੰਨਾ ਸਾਫ, ਸੋ ਲੇਵਾ ਫਿੱਟ ਫਾੜ ਆ ਜਮਾਂ, ਸਾਫ ਸੁਧਰੀ। ਸੋ ਫਿਰ ਧਾਰਾ ਦੇਖੋ, ਆਪਾਂ ਧਾਰਾ ਇਹਦੇ ਵੀ ਮਾਰ ਕੇ ਦਿਖਾ ਜਾਂਦੇ ਆ, ਪਲੂਣ ਬੱਚੀ ਦੀਆਂ ਮਗਰ ਚੱਲ ਜਾਣ ਬੱਸੀ ਆ ਬਾਈ ਯਾਰ, ਬੱਚਾ ਲਾਓ ਚਾਹੇ ਨਾ ਲਾਓ, ਵਾਲਾ ਕਹਿੰਦਾ ਲੱਤਾਂ ਮਾਰਦੀ ਆ, ਕੋਈ ਔਲ ਨਹੀਂ, ਕੋਈ ਸ਼ੌਲ ਨਹੀਂ, ਜੈ ਜੈ ਗੱਲ ਆ। ਇਹ ਵੀ 60 ਦੀ, 62 ਮੁੱਲ 60 ਦੀ ਬੱਸੀ ਦੇ ਦਾਂਗੇ ਬਾਈ, ਆਪਾਂ ਤਾਂ ਬਸ ਇੱਕ ਮੁੱਲ ਆਏ ਕਹਤੇ ਵੀ ਯਾਰ, ਖਾਲਾ ਕਹਿੰਦਾ ਮੁੱਲ ਇੰਨੇ ਨੇ, ਅਸੀਂ ਕਿਹੜੇ ਚੋਣ ਨੂੰ ਬੈਠ ਦੇਣੀ ਆ, ਲੈ ਵਾਲੇ ਕਿੰਨਾ ਸਾਫ ਨਹੀਂ। ਜੈ ਜੈ ਗੱਲ ਆ। 9885030253 ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ।